हाँ जी मित्रों, की हाल है थोड़े? अपना साधन आई देखो, समान अपना तैयार आई। वीरे हाँ जी, असि अज मलोट रोड ते हैगे आ जी, बठिंडे शूट विला जा रहे हैं। ते बस तैयार रहो जी, व्लॉग आने वाला ही है जी। पहुंच गए जी असि शूट विला च, अंदर जा रहे हैं। शूट वाला लोकेशन अंदर जा रहे जी। बहुत जाने इत्थे हैगे नहीं शूट ते। साडे गड्डी दा स्टॉप, साडे बंदे उतरने जी गड्डी चों। हेलो, से हाय टू ऑल। हाँ जी, योधे अपने तैयार हो जी शूट करने वास्ते। अपने डायरेक्टर साहब जी, किद्दां जी? वधिया वधिया, तू दस किवें आ? आपां वधिया जी, पूरे कैम आ। किवें तैयार हो फिर शूट ते अज? तैयार आ, मैं कहना देख बैबू है कैम आ पूरे। बस ठीक है, खिच के रखियो कम। आपां वीरे जा रहे हैं रूम च, ते वेखदे अपने बंदे की कर रहे ने। अच्छा जी, दसो। ਵਧੀਆ ਵੀਰੇ, ਤੁਸੀਂ ਦੱਸੋ। ਲਓ ਜੀ, ਆਨੰਦ ਲੈ ਜਾ ਰਹੇ ਨੇ ਇੱਥੇ ਬਹਿ ਕੇ ਜੀ, ਹੈ ਨਾ? ਬਾਅਦ ਚ ਹੋਣਗੇ ਜੀ। ਵੈਸੇ ਮੈਂ ਦੂਜੇ ਆਨੰਦ ਦੀ ਗੱਲ ਕਰ ਰਿਹਾ। ਵੀ ਆਪਣੀ ਮਸਤੀ ਚ ਆਪਾਂ ਸੈਟਿੰਗ ਕਰ ਰਹੇ ਸੀ ਕੈਮਰੇ, ਕੋਈ ਨਹੀਂ ਅਜੇ। ਠੀਕ ਹੈ ਜੀ। ਤੇ ਉਹ ਕਿੱਥੇ ਨੇ ਜੀ ਆਪਣੇ ਮੁੰਡਾ ਕੁੜੀ? ਮੁੰਡਾ ਹੀ ਸ਼ੂਟਿੰਗ ਤੇ ਆਏ ਆ। ਆਉਂਦੇ ਇੱਕ ਬਾਈ, ਉਹ ਆਉਂਦਾ ਉਹਨੂੰ ਤਿਆਰ ਹੋ ਜਾਂਦੇ ਉਧਰ ਆਪਣੇ ਖਾਲਸੇ ਹੀ ਆ ਕੇ ਵੀਡੀਓ ਸ਼ੂਟ। ਅੱਛਾ ਜੀ, ਕਿੱਦਾਂ ਜੀ? ਠੀਕ ਹੈ ਜੀ, ਠੀਕ ਹੈ ਜੀ। ਚੋਰੀ ਚੋਰੀ ਹੁਣ ਮੈਂ ਤੁਹਾਨੂੰ ਜਿਹੜੇ ਮੁੰਡਾ ਕੁੜੀ ਦੀ ਸ਼ੂਟਿੰਗ ਹੋ ਰਹੀ ਆ ਉਹ ਦਿਖਾਊਂਗਾ। ਚੁੱਪ ਰਹੋ, ਰੋਲਾ ਨਾ ਪਾਇਓ। ਚਲੋ ਫਿਰ ਵਿਖਾਈਏ। ਆਹ ਵੇਖੋ, ਤੁਹਾਨੂੰ ਸ਼ੂਟਿੰਗ ਚੱਲਦੀ ਦਿਖਾਈਏ। ਉਹ ਵੇਖੋ ਲੱਗੇ ਸੋਹਣੇ ਸਰਦਾਰ ਜੀ। ਦੇਖੋ ਜੀ ਜੋੜੀ, ਉਹ ਆਪਣੇ ਖਾਲਸਾ ਜੀ ਸ਼ੂਟਿੰਗ ਕਰਦੇ ਹੋਏ, ਉਹ ਆਪਣੇ ਡਾਇਰੈਕਟਰ ਸਾਹਿਬ, ਅਤੇ ਆਹ ਆਪਣੇ ਜੀ ਸਾਥੀ। ਜੋੜੀ ਸੋਹਣੀ ਲੱਗਦੀ ਹੈ ਜੀ, ਕਹਿੰਦੇ ਉਹ ਖਾਲਸਾ ਜੀ ਸ਼ੂਟਿੰਗ ਕਰਦੇ ਹੋਏ। ਕਿੱਦਾਂ ਵੀਰੇ ਤੁਸੀਂ ਇੱਥੇ ਖੜੇ ਜੇ? ਵਧੀਆ, ਬਸ ਕੰਮ ਚੱਲ ਜਾਂਦਾ ਉਧਰੋਂ। ਚੱਲੀ ਜਾਂਦੀ ਆ, ਵਧੀਆ ਹੋਈ ਜਾਂਦੀ ਆ ਜੀ ਸ਼ੂਟਿੰਗ। ਹੀਰੋ ਬਣਿਆ ਬੈਠਾ ਗਾ ਉਹਦੇ ਡਾਊਨ ਸਾਹਿਬ ਜੀ। ਮਿੱਤਰੋ, ਤੁਹਾਨੂੰ ਸਾਰਿਆਂ ਨੂੰ ਤਾਂ ਆਪਣੇ ਪੰਜਾਬੀ ਕਲਚਰ ਦਾ ਪਤਾ ਹੀ ਆ, ਤਾਂ ਇਹ ਆਪਣੇ ਜਿਹੜਾ ਓਲਡ ਕਲਚਰ ਸੀ ਹੈ ਨਾ, ਉਹਦਾ ਇੱਕ ਨਮੂਨਾ। ਉਸ ਹਿਸਾਬ ਨਾਲ ਆਪਾਂ ਅੱਜ ਓਲਡ ਕਲਚਰ ਦੇ ਨਮੂਨੇ 'ਚ, ਓਲਡ ਟਾਈਪ ਦੇ ਹਿਸਾਬ ਨਾਲ ਸ਼ੂਟਿੰਗ ਕਰ ਰਹੇ ਹਾਂ ਪ੍ਰੀ ਵੈਡਿੰਗ ਦੀ। ਤਾਂ ਉਹ ਆਪਣੇ ਬੰਦੇ ਲੱਗੇ ਹੋਏ ਨੇ ਸ਼ੂਟਿੰਗ 'ਤੇ, ਆਪਣੇ ਡਾਇਰੈਕਟਰ ਸਾਹਿਬ। ਵੀਡੀਓ ਸ਼ੂਟ ਫੋਟੋਆਂ ਚੱਲ ਰਹੀਆਂ ਨੇ ਹੁਣ, ਅਤੇ ਵੀਡੀਓ ਸ਼ੂਟਰ ਜੀ ਆਪਣੇ ਬੈਠੇ ਹੋਏ ਨੇ ਠੰਡੇ, ਆਦਿ ਸ਼ੂਟ ਫੋਟੋ ਸ਼ੂਟਰ। ਅਤੇ ਆ ਜੀ ਹੁਣ ਸ਼ੀਸ਼ਾ, ਮਾੜਾ ਦਿਖਾਇਓ ਜੀ ਇਹਦਾ ਫੇਸ ਸ਼ੀਸ਼ੇ ਦਾ। ਹਾਂਜੀ, ਵਧੀਆ ਲੱਗ ਰਿਹਾ। ਅਤੇ ਹੁਣ ਆਪਾਂ ਇਹ ਹਿਸਾਬ ਨਾਲ ਕਰਾਂਗੇ ਜੀ। ਆਪਾਂ ਵੀਰੇ ਘੁੰਮਦੇ ਫਿਰਦੇ ਹਾਂ, ਆਪਾਂ ਵਿਹਲੇ ਛੜੇ ਛਾਂਟ ਬੰਦੇ, ਹੈ ਨਾ ਜੀ? ਆਹ ਵੇਖੋ ਤੁਸੀਂ, ਸ਼ੂਟਿੰਗਾਂ ਹਰ ਪਾਸੇ ਹਰ ਥਾਂ 'ਤੇ ਚੱਲ ਰਹੀਆਂ ਨੇ, ਆਪਾਂ ਵਿਹਲੇ ਮੈਂ ਬੰਦੇ ਫਿਰਦੇ ਚ ਆਪਣੇ। ਉਹ ਲੈ ਤੂੰ ਬੁਲਟ ਕਦੋਂ ਲਿਆ? ਪਤੰਦਰਾ ਵਿਖਾ ਵੀਰੇ, ਚਾਬੀ ਫੜਾ ਬੁਲਟ ਦੀ। ਚਾਬੀ ਬਾਈ ਲੈ ਗਿਆ ਵੀਰੇ, ਚਾਬੀ ਦਿਓ ਯਾਰ ਬੁਲਟ ਦੀ। ਕਿੱਥੇ ਜਾਣਾ ਯਾਰ, ਗੇੜੀ ਜਿਹੀ ਮਾਰ ਲਈਏ, ਵਿਹਲੇ ਖੜੇ ਹਾਂ। ਪਤੰਦਰੋ ਅਗਲੀ ਲੈ ਕੇ ਜਾਈ, ਕੋਈ ਨਹੀਂ ਤੂੰ ਵੇਖ ਤਾਂ ਸਹੀ, ਚਿੱਪ ਕੱਢ ਦੇ ਅੱਜ। ਸ਼ੂਟਿੰਗ ਵਾਸਤੇ ਜੀ ਬਹੁਤ ਵਧੀਆ ਵਧੀਆ ਕੈਂਟ ਇਹਨਾਂ ਲੋਕੇਸ਼ਨਾਂ ਤਿਆਰ ਕੀਤੀਆਂ ਹੋਈਆਂ। ਆਹ ਟੈਲੀਫੋਨ ਬੂਥ ਜੀ, ਘੈਂਟ ਲੱਗ ਰਿਹਾ ਜੀ ਦੇਖਣ 'ਚ ਤਾਂ। ਹਲੋ ਜੀ, ਬੀਅਰ ਬਾਰ ਸਟੇਸ਼ਨ, ਵਧੀਆ ਘੈਂਟ ਘੈਂਟ ਇਹਨਾਂ ਨੇ ਆਈਟਮਾਂ ਰੱਖੀਆਂ ਹੋਈਆਂ, ਵਧੀਆ ਕੰਪਨੀ ਦੀਆਂ ਬੋਤਲਾਂ ਭਾਵੇਂ ਖਾਲੀ ਨੇ। ਤੁਹਾਨੂੰ ਸਾਰਿਆਂ ਨੂੰ ਅੱਜ ਹੋਰ ਵੀ ਬਹੁਤ ਘੈਂਟ ਘੈਂਟ ਲੋਕੇਸ਼ਨਾਂ 'ਤੇ ਅਸੀਂ ਦਿਖਾਵਾਂਗੇ, ਲੈ ਕੇ ਚੱਲੇ ਜੀ।
ਆਹ ਵੇਖੋ ਜੀ, ਆਹ ਇੱਕ ਤਰ੍ਹਾਂ ਦਾ ਰੂਮ ਤਿਆਰ ਕੀਤਾ ਹੋਇਆ, ਬਹੁਤ ਵਧੀਆ ਜੀ ਇੱਥੇ ਲੱਗ ਰਿਹਾ। ਆਹ ਲਾਇਬ੍ਰੇਰੀ ਸਿਸਟਮ ਕੀਤਾ ਹੋਇਆ ਜੀ ਇਹਨਾਂ ਨੇ, ਤੁਹਾਨੂੰ ਤਾਂ ਪਤਾ ਹੀ ਹੈ। ਆਹ ਕਿਚਨ ਤੁਹਾਨੂੰ ਸਾਰਿਆਂ ਨੂੰ ਵੇਖ ਹੀ ਰਿਹਾ, ਕਿਚਨ ਬਹੁਤ ਘੈਂਟ ਘੈਂਟ ਹੈ ਜੀ। ਆਹ ਲਓ ਜੀ, ਫਾਸਟ ਫੂਡ ਕੈਫੇ ਬਣਾਇਆ ਹੋਇਆ, ਕੈਫੇ ਵੀ ਪੂਰਾ ਘੈਂਟ ਤਿਆਰ ਕੀਤਾ ਹੋਇਆ ਜੀ, ਜਿਵੇਂ ਲੱਗੇ ਓਰੀਜਨਲ। ਲਓ ਜੀ ਕੰਪਿਊਟਰ, ਹੋਰ ਤੁਹਾਨੂੰ ਸਾਹਮਣੇ ਬੀਅਰ ਬਾਰ ਫੇਰ ਆ ਗਿਆ ਜੀ, ਘੈਂਟ ਘੈਂਟ ਕੰਪਨੀਆਂ ਦੀਆਂ ਰੱਖੀਆਂ ਜੀ ਬੋਤਲਾਂ। ਸਾਰੇ ਬੰਦੇ ਨਾਲ ਤੁਹਾਨੂੰ ਲਿਆ ਸੀ ਜੀ ਪ੍ਰੀ ਵੈਡਿੰਗ ਦੀ ਸ਼ੂਟਿੰਗ 'ਤੇ, ਅਤੇ ਸਾਨੂੰ ਇੱਥੇ ਬਹੁਤ ਵਧੀਆ ਲੱਗ ਰਿਹਾ ਜੀ ਆ ਕੇ, ਵੀ ਲੋਕੇਸ਼ਨ ਬਹੁਤ ਘੈਂਟ ਘੈਂਟ ਹੈ ਜੀ। ਅਤੇ ਇਹਦੇ ਵਿੱਚ ਅਸੀਂ ਛੇਤੀ ਤਿੰਨ ਚਾਰ ਸੈਟਅਪ ਬੁੜ ਲੈ ਕੇ ਪੰਜਾਬੀ ਦਾ ਇੱਕ ਨਵਾਂ ਸੈਟਅਪ ਬਣਾਇਆ ਸਾਰਾ ਪਿੰਡ ਹੀ ਵਸਦਾ। ਹਾਂਜੀ ਹਾਂਜੀ, ਅਸੀਂ ਵੇਖਿਆ ਅਤੇ ਬਾਕੀ ਦੋ ਚਾਰ ਸੈਟਅਪ ਵਿੱਚ ਨਿਊ ਹੋਰ ਆ ਰਹੇ ਪਤਾ ਕਰਦੀਆਂ ਜਨਰਲ ਵਗੈਰਾ ਚਲੀ ਤੁਹਾਨੂੰ ਟੈਨਿਸ ਖਿਡਾਉਣ ਵਾਸਤੇ। ਜਿਹੜੇ ਇਹਨੂੰ ਟੈਨਿਸ ਕਹਿੰਦੇ ਹੁੰਦੇ, ਕੀ ਕਹਿੰਦੇ ਹੁੰਦੇ ਨੇ ਇਹਨੂੰ, ਮੈਂ ਤਾਂ ਆਪ ਭੁੱਲ ਗਿਆ। ਚਲੋ ਪੀਆਨੋ ਘੈਂਟ ਆ ਬਾਬੇ, ਭਾਵੇਂ ਲੱਕੜ ਦਾ ਤਿਆਰ ਕੀਤਾ ਬੈਂਡ ਵੀ। ਤੇਰੀ ਰੂਮ ਜੀ, ਰੂਮ ਰੂਮ ਵਧੀਆ ਤਿਆਰ ਕੀਤਾ ਹੋਇਆ। ਉਹ ਕਿੱਦਾਂ ਬ੍ਰੋ ਪੀਤੀ, ਕੀ ਹਾਲ ਨੇ? ਠੀਕ ਹੈ। ਹਾਂਜੀ ਮਿੱਤਰੋ, ਤੁਹਾਨੂੰ ਅੱਜ ਸਾਡੇ ਖਾਸ ਬੰਦੇ ਨਾਲ ਬੁਲਾਉਣ ਜਾ ਰਹੇ ਹਾਂ, ਜਿਹਦਾ ਨਾਮ ਆ ਪ੍ਰੀਤੀ। ਕਰੋ ਬੰਦਾ ਚੈੱਕ, ਕਿਵੇਂ ਆ ਫਿਰ ਹੈਂਡ ਸਵਾਣਾ, ਦੱਸੋ ਜੀ ਕੁਛ ਆਪਦੇ ਬਾਰੇ। ਦੱਸ ਕੇ ਪਤਾ ਹੀ ਲੋਕਾਂ ਨੂੰ, ਬਸ ਲੋਕ ਦੇਖਦੇ ਕੇ ਜਾਂਦੇ ਨੇ ਤੁਹਾਨੂੰ, ਕਹਿੰਦੇ ਹੈ ਬੇਲੀ। ਪਹਿਲਾਂ ਸਾਰਿਆਂ ਨਾਲ ਆਪਣਾ ਟਾਈਮ ਦੱਸੋ ਵੀਰੇ, ਕੀ ਹੋ ਗਿਆ ਆਪਣਾ ਅੱਜ? ਟਾਈਮ 11:30 ਹੋ ਗਿਆ। ਅੱਛਾ, ਤੇ ਫਿਰ ਤੁਸੀਂ ਕਿਵੇਂ ਬੈਠੇ ਜੇ ਕਿ ਥੱਕ ਗਏ? ਵੀਡੀਓ ਕਰੀ ਜਾਂਦਾ ਹੈਗਾ ਬਾਅਦ 'ਚੋਂ ਫੋਟੋ ਸ਼ੂਟ ਸਾਡੇ ਕੋਲ, ਅੱਜ ਫ੍ਰੀ ਟਾਈਮ ਹੀ ਹੈ। ਅੱਛਾ ਜੀ, ਉਹ ਵੀਡੀਓ ਸ਼ੂਟਿੰਗ 'ਤੇ ਫੋਟੋ ਦਿਖਾ ਦਿੰਦੇ ਮੈਨੂੰ, ਫੋਟੋਆਂ ਵਿਖਾਓ ਜੀ, ਦਿਖਾਓ ਆਪਣੇ ਕਲਿੱਕ ਕਰੀਆਂ। ਅੱਛਾ, ਫੋਟੋ ਤਾਂ ਭੈਣ ਘੈਂਟ ਲੱਗ ਰਹੀ ਜੀ ਪੂਰੀ। ਕੈਂਟ ਲੱਗ ਜਾਣਾ ਜੀ, ਬਾਕੀ ਐਡੀਟਿੰਗ ਕਰਕੇ ਤੁਹਾਨੂੰ ਸਾਰੀਆਂ ਫੋਟੋਆਂ ਦਿਖਾ ਦਾਂਗੇ, ਬਹੁਤ ਸੋਹਣੀਆਂ ਫੋਟੋਆਂ ਆ ਰਹੀਆਂ। ਓਕੇ ਵੀਰੇ, ਸ਼ੂਟਿੰਗਾਂ ਤਾਂ ਬਹੁਤ ਚੱਲ ਰਹੀਆਂ ਜੀ, ਜਨਤਾ ਬੜੀ, ਤੁਹਾਨੂੰ ਸਾਰਿਆਂ ਨੂੰ ਪਤਾ ਹੀ ਹੈ ਜੀ, ਆਪਾਂ ਫਿਰਦੇ ਜੇ ਵਿਹਲੇ। ਆਹ ਜੀਪ ਖੜ੍ਹੀ ਆ, ਅਤੇ ਮੈਂ ਸੋਚ ਰਿਹਾ ਸੀ ਆਪਾਂ ਕਿਹੜੀ ਲਾਈਏ, ਬਠਿੰਡੇ ਦੀ ਵਿਹਲੇ ਫਿਰਦੇ ਹਾਂ ਕਿ ਨਹੀਂ, ਆਪਾਂ ਵਿਹਲੇ ਵਿਹਲੇ ਮੈਂ ਆ ਕੇ ਇੱਕ ਪਾਰਟੀ ਪੁਟੀ ਨੂੰ ਮਿਲੇ ਜੀ। ਉਹ ਵੀਰੇ ਕਿੱਦਾਂ ਸਾਰੇ? ਠੀਕ ਹੈ ਠੀਕ ਹੈ। ਹੋਰ ਕੀ ਚੱਲ ਰਿਹਾ ਜੀ ਅੱਜ? ਆ ਪਲੱਗ ਲਾਈ ਜਾਂਦੇ ਆ ਫ੍ਰੀ ਵੈਡਿੰਗ ਦੇ ਆ। ਠੀਕ ਆ, ਘਰੇ ਤਾਂ ਕਰਦੇ ਨਹੀਂ ਸ਼ੋਰ ਕੰਮ। ਅੱਛਾ ਜੀ, ਆ ਕੇ ਫਿਰ ਤਾਰਾ ਤੂਰਾ ਸੈੱਟ ਕਰ ਲੈ ਜਾਂਦਾ ਪਹਿਲਾਂ ਵੀ ਬਗ ਲਈ। ਹੋਰ ਸ਼ੂਟਿੰਗ ਕਿਵੇਂ ਚੱਲ ਰਹੀ ਜੀ ਤੁਹਾਡੀ? ਸ਼ੂਟਿੰਗ ਤਾਂ ਹਜੇ ਸ਼ੁਰੂ ਹੀ ਨਹੀਂ ਕੀਤੀ। ਸ਼ੁਰੂ ਹੀ ਨਹੀਂ ਕੀਤੀ ਜੀ? ਬਸ ਕਰਦੇ ਆ ਸ਼ੁਰੂ, ਟਾਈਮ 12 ਵਜੇ ਚੱਲੇ ਜੀ। ਨਵੀਂ ਜੇ ਤੋਂ ਨਹੀਂ ਕਰਦਾ ਵੀਰੇ। ਚਲੋ ਕੋਈ ਨਹੀਂ, ਚਲੋ ਠੀਕ ਹੈ ਵੀਰੇ, ਓਕੇ ਬਾਏ। ਠੀਕ ਹੈ ਵੀਰੇ, ਕਿੱਦਾਂ? ਵਧੀਆ ਵਧੀਆ। ਤੇ ਆਪਣੇ ਸ਼ਾਰਟ ਸ਼ੂਟ ਹੋ ਗਏ ਵੀਰੇ ਸਾਰੇ? ਫਿਰ ਤੁਸੀਂ ਤੇ ਤੁਸੀਂ ਰੋਟੀ ਖਾਣੀ ਆ? ਰੋਟੀ ਖਵਾ ਦਿੰਦੇ ਹਾਂ ਤੁਹਾਨੂੰ। ਟਾਈਮ ਕੀ ਹੋ ਗਿਆ ਪਹਿਲਾਂ ਟਾਈਮ ਦੱਸੋ। ਟਾਈਮ ਦੱਸ ਦਿੰਦੇ ਆ, ਰੋਟੀ ਦੇ ਟਾਈਮ ਤੇ ਖਾਵਾਂਗੇ ਰੋਟੀ। ਭੁੱਖ ਦਾ ਕੋਈ ਟਾਈਮ ਹੁੰਦਾਗਾ? ਚਲ ਕੋਈ ਨਹੀਂ, ਫਿਰ ਵੀ ਹੁਣ ਤੁਸੀਂ ਤੁਸੀਂ ਕੰਮ ਤੇ ਆਏ ਹੋ ਵੀਰੇ, ਕੰਮ ਤੇ ਥੋੜਾ ਕਨਾ ਤੇ ਸੋਚੋ। ਚੱਲ ਖਵਾ ਦਿੰਦੇ ਤੁਹਾਨੂੰ ਰੋਟੀਆਂ, ਚੱਲ ਆ ਪ੍ਰੀਤੀ ਫਿਰ ਚੱਲੀਏ ਰੋਟੀਆਂ ਲੈਣ। ਚੱਲ ਆ ਜਾਓ, ਹੋਰ ਸੁਣਾਓ ਕਿਵੇਂ ਵੀਰੇ ਤੁਸੀਂ? ਕੀ ਨਾਮ ਜੀ ਤੁਹਾਡਾ? ਅਭਿਸ਼ੇਕ। ਠੀਕ, ਕੀ ਕਰਦੇ ਜੀ ਤੁਸੀਂ? ਮੈਂ ਟੀਚਿੰਗ ਕਰਦਾ। ਅੱਛਾ, ਤੇ ਅੱਜ ਇੱਥੇ ਕਿਵੇਂ ਜੀ? ਇੱਥੇ ਦੋਸਤ ਨਾਲ ਆਇਆ ਸੀ। ਠੀਕ, ਪ੍ਰੀ ਵੈਡਿੰਗ ਸ਼ੂਟਿੰਗ ਦੇ ਜੀ? ਹਾਂਜੀ ਹਾਂਜੀ। ਠੀਕ, ਬਾਈ ਦਾ ਹੀ ਵਿਆਹ ਆ ਰਿਹਾ, ਵੀ ਕਰਵਾਊਗਾ ਫੋਟੋ ਸ਼ੂਟ। ਅੱਛਾ ਜੀ, ਹੋਰ ਕਦੋਂ ਦਾ ਜੀ? ਨੇੜੇ ਹੈ, ਨੇੜੇ ਆ, ਨੇੜੇ ਆ। ਠੀਕ, ਆਉਣ ਦੀ ਵੇ ਆ ਜੇ। ਹੋਰ ਬਾਈ ਕਿਵੇਂ, ਕੀ ਕਰਦੇ ਹੋ? ਸ਼ੂਟਿੰਗ ਵੇਖਦੇ ਸੀ। ਠੀਕ ਹੈ, ਪੀਤੀ ਬੋ ਕਿਵੇਂ ਆ? ਠੀਕ, ਕੀ ਕਰੀ ਜਾਂਦਾ? ਕੁਛ ਨਹੀਂ ਬਸ, ਤੂੰ ਬਸ ਫਲੈਸ਼ ਹੀ ਚੱਕੀ ਰਿਹਾ ਕਰ, ਕੰਮ ਨਹੀਂ ਕਰਿਆ ਕਰ ਕੋਈ।
ਕੰਮ ਹੈਗੇ ਕਰਨ ਵਾਲੇ ਆਪਾਂ ਹੀ ਕਰਨਾ ਸਹੀ ਗੱਲ ਹੈ ਡਾਕਟਰ ਸਾਹਿਬ ਜੀ ਦੇਖ ਲਓ ਡਾਕਟਰ ਸਾਹਿਬ ਵਿਹਲੇ ਫਿਰਦੇ ਰਹਿੰਦੇ ਨੇ ਹੋਰ ਚਲੋ ਕਦੇ ਆ ਚੱਕ ਲਓ ਕਦੇ ਉਹ ਹੁਣ ਉਹ ਚੱਕ ਕੇ ਫਿਰ ਜਾ ਵੜੇ ਡਾਕਟਰ ਸਾਹਿਬ ਜੀ ਕਹਿੰਦੇ ਮੈਂ ਵੀ ਇੱਕ ਛੋਟ ਲੈਣਾ ਲਓ ਜੀ ਸਪੀਡ ਦੇਖੋ ਤੁਸੀਂ ਤੇਰੀ ਕਰੀਏ ਵੀ ਰੋਟੀ ਦੀਆਂ ਤਿਆਰੀਆਂ ਰੋਟੀ ਦੱਸਣਾ ਸੁਣਨ ਲੱਭੋ ਤੁਸੀਂ ਅਸੀਂ ਰੋਟੀ ਲਈਏ ਅਸੀਂ ਆ ਗਏ ਵੀਰੇ ਰੋਟੀ ਲੈ ਕੇ ਤੁਸੀਂ ਕਰੋ ਸ਼ੂਟ ਆ ਵੀਰਾ ਪੱਗ ਬੰਨ ਰਹੇ ਆਪਾਂ ਦੇਖ ਕੇ ਆਈਏ ਜੀ ਪੱਗ ਬੰਨੀ ਜਾ ਰਹੀ ਹੈ ਜੀ ਹਨਾ ਜੀ ਤੇ ਕਿਹੜੀ ਪੱਗ ਹੈ ਜੀ ਇਹ ਵਟਾ ਵਾਲੀ ਸਿੰਪਲ ਠੀਕ ਹੈ ਜੀ ਹੋਰ ਵੀਰੇ ਕਿਵੇਂ ਹੋ ਅੰਤਾਂ ਦੀ ਭੁੱਖ ਕਰਕੇ ਸਾਡੇ ਬਲੌਗਰ ਸੀ ਜਿਹੜਾ ਸਾਡਾ ਇਹ ਦੋ ਕੌਲੀਆਂ ਦਹੀਂ ਦੀਆਂ ਖਾ ਚੁੱਕਿਆ ਹੈ ਅਤੇ ਨਾਲੇ ਇਹ ਵਿੱਚ ਰੋਟੀ ਦਾ ਬਲੌਗ ਐਡ ਕਰਨਾ ਭੁੱਲ ਗਿਆ ਆਹ ਦੇਖ ਲਓ ਰੋਟੀਆਂ ਸਾਰੀਆਂ ਖਾ ਕੇ ਹੁਣ ਇਹਦੇ ਯਾਦ ਆ ਗਿਆ ਵੀ ਹਾਂ ਵੀ ਮੈਂ ਬਲੌਗ ਐਡ ਕਰਨਾ ਸੀ ਅੰਤਾਂ ਦੀ ਭੁੱਖ ਲੱਗੀ ਪਈ ਕਹਿੰਦੇ ਮੁੰਡੇ ਨੂੰ ਅੰਤਾਂ ਦੀ ਹੁਣ ਤੂੰ ਅਸੀਂ ਤੁਹਾਨੂੰ ਸਾਰਿਆਂ ਨੂੰ ਇੱਕ ਨਵੇਂ ਬੰਦੇ ਨਾਲ ਇੰਟਰੋਡਿਊਸ ਕਰਾਉਣ ਜਾ ਰਹੇ ਹਾਂ ਤਾਂ ਉਹ ਪੁੱਛੀ ਉਹਨਾਂ ਬਾਰੇ ਕੋਈ ਦੋ ਚਾਰ ਸਵਾਲ ਬਾਈ ਜੀ ਨਮਸਤੇ ਸਤਿ ਸ਼੍ਰੀ ਅਕਾਲ ਜੀ ਹੋਰ ਕਿੱਦਾਂ ਜੀ ਠੀਕ ਠਾਕ ਹੋ ਠੀਕ ਠਾਕ ਵਧੀਆ ਅਤੇ ਸਭ ਤੋਂ ਪਹਿਲਾਂ ਜੀ ਤੁਹਾਡਾ ਨਾਮ ਪੁੱਛਣਾ ਚਾਹੂੰਗਾ ਨਾਂ ਦੱਸੋ ਜੀ ਮੇਰਾ ਨਾਮ ਗੋਰਾ ਸਿੰਘ ਰਾਮਾ ਮੰਡੀ ਤੋਂ ਗੋਰਾ ਸਿੰਘ ਰਾਮਾ ਮੰਡੀ ਤੋਂ ਹਾਂਜੀ ਤਾਂ ਗੋਰਾ ਸਿੰਘ ਜੀ ਬਾਈ ਦਾ ਯਾਰ ਬਹੁਤ ਵਧੀਆ ਕੰਮ ਆ ਮੈਂ ਫੈਨ ਆ ਬਾਈ ਦੀ ਸਟਾਈਲ ਦਾ ਯਾਰ ਬਹੁਤ ਵਧੀਆ ਕਿ ਵਧੀਆ ਕੰਮ ਕਰਦਾ ਬਾਈ ਅੱਛਾ ਤੁਸੀਂ ਸਟਾਈਲ ਦਾ ਕੰਮ ਕਰਦੇ ਹੋ ਫੋਟੋਗ੍ਰਾਫੀ ਠੀਕ ਹੈ ਜੀ ਹੋਰ ਸੁਣਾਓ ਜੀ ਕੰਮ ਕਾਰ ਕਿਵੇਂ ਵਧੀਆ ਕੰਮ ਕਾਰ ਵਧੀਆ ਜੀ ਮਾਲਕ ਦੀ ਕਿਰਪਾ ਹੈ ਠੀਕ ਕੋਈ ਹੋਰ ਦੋ ਚਾਰ ਗੱਲਾਂ ਤੁਹਾਡੇ ਬਾਰੇ ਵਧੀਆ ਫੋਟੋਗ੍ਰਾਫੀ ਕਰਾਓ ਪੁੱਛੋ ਬਸ ਮਿਲੋ ਸਾਨੂੰ ਫੋਟੋਗ੍ਰਾਫੀ ਕਰਾਓ ਵੱਧ ਤੋਂ ਵੱਧ ਬੰਦੇ ਜੋੜੋ ਤੁਹਾਡੀ ਸ਼ੌਪ ਕਿੱਥੇ ਹੈ ਜੀ ਸ਼ੌਪ ਸਾਡੀ ਕਿ ਅਸੀਂ ਫ੍ਰੀਲੈਂਸਰ ਕੰਮ ਕਰਦੇ ਜੀ ਆਲ ਰਾਊਂਡਰ ਫੋਟੋਗ੍ਰਾਫੀ ਠੀਕ ਹੈ ਜੀ ਕਿਸੇ ਵੀ ਫੋਟੋਗ੍ਰਾਫਰ ਨਾਲ ਕਰ ਸਕਦੇ ਹਾਂ ਕੰਮ ਅਤੇ ਦੋ ਜਾਣ ਸਵਾਲ ਬਾਈ ਸਵਾਲ ਭੁੱਲ ਗਏ ਨੇ ਕੋਈ ਯਾਦ ਕਰਕੇ ਦੁਬਾਰਾ ਆ ਜਿਓ ਕੋਈ ਨਹੀਂ ਜੀ ਆਪਾਂ ਇੱਥੇ ਹੀ ਆ ਅੱਜ ਕੱਲ੍ਹ ਸਵਾਲ ਪੁੱਛਣੇ ਦੀ ਆ ਬਾਈ ਚਲੋ ਥੈਂਕ ਯੂ ਜੀ ਫਿਰ ਵੀ ਬਹੁਤ ਬਹੁਤ ਧੰਨਵਾਦ ਜੀ ਤੁਹਾਡਾ ਯਾਰ ਭਰਾ ਜੀ ਮੇਰੇ ਸਵਾਲ ਭੁੱਲ ਗਏ ਛੋਟੇ ਉਮਰ ਛੋਟੇ ਆ ਜੇ ਕੋਈ ਗੱਲ ਨਹੀਂ ਕੋਈ ਨਹੀਂ ਮਤਲਬ ਅੱਜ ਹੀ ਕੰਮ ਸ਼ੁਰੂ ਕਰਿਆ ਬੰਦੇ ਨੇ ਤਾਂ ਕਰਕੇ ਥੋੜ੍ਹਾ ਫਿਰ ਚਲੋ ਫਿਰ ਵੀ ਥੈਂਕ ਯੂ ਜੀ ਬਹੁਤ ਬਹੁਤ ਤੁਹਾਡਾ ਧੰਨਵਾਦ ਦੇਖ ਚੁੱਕੇ ਹਾਂ ਅਸੀਂ ਬਹੁਤ ਘੈਂਟ ਘੈਂਟ ਲੋਕੇਸ਼ਨਾਂ ਨੇ ਅਤੇ ਆ ਹੁਣ ਆਪਣੇ ਪ੍ਰੋਡਿਊਸਰ ਜੀ ਅਤੇ ਫੋਟੋ ਖਿੱਚਣ ਜਾ ਰਹੇ ਨੇ ਯਾਨੀ ਕਿ ਸਟਿੱਲ ਹੁੰਦਾ ਜਿਹੜਾ ਅਤੇ ਆ ਵੇਖੋ ਫੋਟੋ ਖਿੱਚਦੇ ਹੋਏ ਲੈਟ ਪੂਰਾ ਰੋਹ ਮਾਰਦੇ ਆ ਚਲੋ ਕੋਈ ਨਹੀਂ ਰੋਕ ਤਾਂ ਮਾਰਨਾ ਹੀ ਪੈਂਦਾ ਹੁਣ ਕੰਮ ਕਰਨਾ ਜਿਹਦਾ ਹੋਰ ਸਟਿੱਲ ਕਰਦੇ ਹੋਏ ਉਹ ਇੱਕ ਆਪਣਾ ਹੈਲਪਰ ਖੜ੍ਹਾ ਜੀ ਪੋਜ ਬੜੇ ਤਕੜੇ ਕਨਾਉਂਦੇ ਨੇ ਇੱਕ ਬਾਈ ਜੀ ਆਏ ਸਾਈਡ ਸੂਡ ਸਾਰੀਆਂ ਚੈੱਕ ਕਰਕੇ ਫੋਟੋ ਫੇਰ ਓਪਨ ਓਕੇ ਕਰ ਦਿੰਦੇ ਆ ਦਿੰਦੇ ਜੀ ਆਪਣੇ ਕਮਾਂਡ ਦਿੰਦੇ ਹੋਏ ਉਹ ਬਾਈ ਜੀ ਵੀ ਸਿਖਾਉਣ ਗਏ ਨੇ ਕਿਵੇਂ ਕਰਾਉਣੇ ਆ ਪੋਜ ਆਹ ਦੋ ਮੁੰਡੇ ਅਤੇ ਆ ਕੁੜੀ ਖੜਿਆ ਵੀਰੇ ਵੀ ਇਹਨਾਂ ਨਾਲ ਆਇਆ ਠੀਕ ਹੈ ਅਤੇ ਨਾਲ ਆਏ ਨੇ ਜੀ ਬਸ ਹੋਰ ਕੀ ਦੱਸਣ ਹਾਏ 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 ਕੋਕ ਇਕੱਲੇ ਇਕੱਲੇ ਪੀ ਜਾਂਦੇ ਹੋ ਯਾਰ ਮੈਨੂੰ ਦੱਸਿਆ ਹੀ ਨਹੀਂ ਅਤੇ ਮੈਨੂੰ ਬੁਲਾਓਗੇ ਤਾਂ ਪੀਊਂਗਾ ਹੁਣ ਤਾਂ ਮੈਂ ਵੇਖ ਲਿਆ ਲੈ ਉਰੇ ਫੜਾ ਪਹਿਲਾ ਗਲਾਸ ਯਾਰ ਇਹ ਗੱਲ ਹੁੰਦੀ ਆ ਕੋਈ ਚੱਲ ਫੜਾ ਦੇ ਬਾਈ ਨੂੰ ਬਾਈ ਵੱਡਾ ਉਹ ਬਾਈ ਵੱਡਾ ਚੱਲ ਫੜਾ ਦੇ ਉਹ ਫੜਾ ਦੇ ਹੁਣ ਗੁੱਸੇ ਨੂੰ ਦੱਸ ਨਹੀਂ ਚੱਲ ਪੀ ਲਓ ਤੁਸੀਂ
ਉਹ ਬਾਈ ਸ਼ੂਟਿੰਗ ਤੇ ਚੱਲੀ ਜਾਂਦੇ ਆਕਾਸ਼ ਬਾਈ ਆ ਜਾ ਵੀਰੇ ਉਹਨੇ ਕਹਿੰਦਾ ਜ਼ੋਰ ਕਰਾਈ ਜਾਂਦਾ ਬਾਈ ਆ ਚੱਲ ਆ ਜਾਣਗੇ ਤੁਸੀਂ ਪੀਓ ਆਪਦਾ ਪਾਓ ਬੋਤਲਾਂ ਗਲਾਸਾਂ 'ਚ ਵੀਰੇ ਨਾਈਟ ਹੋ ਚੁੱਕੀ ਆ ਹਨੇਰਾ ਵੱਧ ਰਿਹਾ ਅਤੇ ਆਪਣੇ ਸ਼ੂਟਿੰਗ ਕਰ ਰਹੇ ਜੀ ਸਾਰੇ ਅਜੇ ਆਉਣ ਦੀ ਵੇ ਚੱਲਦੀ ਰਹੀ ਆ ਸ਼ੂਟਿੰਗ ਬਾਈ ਜੀ ਸਾਰੇ ਥੱਕ ਥੁੱਕ ਚੱਲਿਆ ਸਾਰੇ ਅੱਕੇ ਪਏ ਆ ਸਾਰੇ ਘੁੱਟ ਘੁੱਟ ਭਾਲਦੇ ਆ ਚਾਹ ਦੀ ਉਹ ਬਾਈ ਜੀ ਕਹਿੰਦੇ ਯਾਰ ਕਿੰਨੇ ਕੁ ਸ਼ੋਟ ਲਵੋਂਗੇ ਦੱਸਦੇ ਹੁਣ ਮੈਂ ਕਿਹਾ ਬਾਈ ਇਹਨਾਂ ਨੂੰ ਪੁੱਛੋ ਇਕੱਲਿਆਂ ਨੇ ਬੋਲਣਾ ਹੁੰਦਾ ਹੁਣ ਹੋਰ ਕੀ ਕਰੀਏ ਤੁਸੀਂ ਤਾਂ ਆਪਦਾ ਲੈਟ ਜੀ ਲੈ ਕੇ ਖੜ ਜਾਂਦੇ ਬਸ ਡਾਇਰੈਕਟਰ ਸਾਹਿਬ ਜੀ ਨੂੰ ਆਹ ਕਿਹੜੇ ਕੰਮ ਖੜਾ ਤਾ ਅੱਜ ਲੈਟ ਪਾਈ ਜਾਂਦੇ ਆ ਉਹ ਲੈ ਸ਼ੋਰਟ ਅਟੈਂਡ ਓਕੇ ਅੱਗ ਹੀ ਲੱਗੀ ਪਈ ਆ ਕਹਿੰਦੇ ਅੱਜ ਤਾਂ ਲੈ ਬੰਦਾ ਫਿਰ ਸਟਿਲ ਕਰਨ ਲੱਗ ਗਿਆ ਆਪਣੀ ਫੋਟੋ ਖਿੱਚ ਰਿਹਾ ਹਨਾ ਕੈਮਰੇ 'ਚ ਅੱਛਾ ਠੀਕ ਹੈ ਠੀਕ ਹੈ ਚੱਲ ਕੋਈ ਨਹੀਂ ਹੁੰਦਾ ਕਦੇ ਕਦੇ ਬਈ ਜੀ ਠੰਡੇ ਨਾਈਟ ਜਨਤਾ ਆਪਣੀ ਐਵੇਂ ਖੜੀ ਹੈ ਮੁੰਡਾ ਕੁੜੀ ਤਿਆਰ ਹੋਣ ਗਏ ਨੇ ਜੀ ਨਿਊ ਕੋਸਟਿਊਮ ਪਾਉਣ ਵਾਸਤੇ ਆਪਾਂ ਖੇੜੇ ਪੂਜੀਆਂ ਪਾਰਟੀਆਂ ਤੱਕ ਰਹੇ ਹਾਂ ਥੱਕ ਗਿਆ ਥੋੜੀ ਠੰਡ ਵੀ ਹੋ ਗਈ ਤੇ ਹਨੇਰਾ ਵੀ ਹੋ ਗਿਆ ਬਾਕੀ ਬਹੁਤ ਹੀ ਥੈਂਕ ਯੂ ਬਾਈ ਹੈਪੀ ਦਾ ਤੇ ਸਾਰੀ ਸਟੂਡੀਓ ਟੀਮ ਦਾ ਉਹਨਾਂ ਨੇ ਇੰਨਾ ਸਾਥ ਦਿੱਤਾ ਤੇ ਬਹੁਤ ਹੀ ਵਧੀਆ ਸ਼ੂਟ ਕੀਤਾ ਬਾਈ ਥੈਂਕ ਯੂ ਸਾਰਿਆਂ ਦਾ ਚਲੋ ਤਾੜੀਆਂ ਮਾਰ ਦੋ ਲੋ ਮਿੱਤਰੋ ਅਸੀਂ ਸ਼ੂਟਿੰਗ ਕਰਕੇ ਅਤੇ ਫੂਡ ਵਿਲਾ 'ਚੋਂ ਨਿਕਲ ਚੁੱਕੇ ਹਾਂ ਆਪੋ ਆਪਣੇ ਘਰਾਂ ਵੱਲ ਰਵਾਨੇ ਹੋ ਚੁੱਕੇ ਹਾਂ ਅਤੇ ਅੱਜ ਦਾ ਵਲੋਗ ਤੁਹਾਨੂੰ ਸਾਰਿਆਂ ਨੂੰ ਘੈਂਟ ਲੱਗਿਆ ਤਾਂ ਘੈਂਟ ਘੈਂਟ ਕਮੈਂਟ ਕਰਕੇ ਦੱਸਿਓ ਜ਼ਰੂਰ ਤਾਂ ਡਾਇਰੈਕਟਰ ਬੰਦਿਆਂ ਨੂੰ ਪੁੱਛੀਏ ਜੀ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਖਾਸ ਕਰਕੇ ਸਾਡੇ ਵਲੋਗਰ ਦਾ ਸਾਰਾ ਦਿਨ ਜੀ ਲਵਾਈ ਰੱਖਿਆ ਫਿਰ ਖਾਲਸਾ ਜੀ ਦਾ ਧੰਨਵਾਦ ਇਹਨਾਂ ਨੇ ਬਹੁਤ ਵਧੀਆ ਵੀਡੀਓ ਸ਼ੂਟ ਕਰੀ ਅਤੇ ਆਪਣਾ ਚੇਲਾ ਪ੍ਰੀਤੀ ਇਹਨੇ ਵਧੀਆ ਕੰਮ ਕਰਿਆ ਸੰਗ ਨੇ ਬਹੁਤ ਘੈਂਟ ਘੈਂਟ ਫੋਟੋਆਂ ਕਰੀਆਂ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਸਾਰਿਆਂ ਦੀ ਤਾਰੀਫ ਮੈਂ ਸਾਰਾ ਦਿਨ ਸੁਣਦਾ ਹੀ ਰਿਹਾ ਵਿਹਲੇ ਸੀ ਆਪਾਂ ਅਤੇ ਆਹ ਆਪਣੇ ਖਾਲਸਾ ਜੀ ਹੈਲੋ ਕਿਹੋ ਜੀ ਸਾਰਿਆਂ ਨੂੰ ਪ੍ਰੀਤੀ ਜੀ ਸੰਗਮ ਜੀ ਤਾਂ ਬਹੁਤ ਬਹੁਤ ਘੈਂਟ ਘੈਂਟ ਹੋਰ ਵੀ ਵਲੋਗ ਆਉਣ ਦੀ ਵੇ ਆ ਤਾਂ ਆਉਣ ਦੀ ਵੇ ਆ ਬਸ ਤੁਹਾਡਾ ਬਾਏ 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 ਕਰੋ ਜੀ ਸਾਰੇ